ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਣਜੀਤ ਮਾਨ ਇਸ ਟਾਈਮ ਸਾਡੀ ਟੀਮ ਮੌਜੂਦ ਹੈ ਡਿਸਟ੍ਰਿਕਟ ਲੁਧਿਆਣਾ ਦੇ ਇੱਕ ਬਹੁਤ ਪਿਆਰਾ ਨਗਰ ਜਿਸ ਦਾ ਨਾਮ ਹੈ ਜੋਦਾ ਜੋਦਾ ਪਿੰਡ ਵਿਖੇ 13 ਨਵੰਬਰ 2021 ਦਿਨ ਸ਼ਨੀਵਾਰ ਨੂੰ ਇੱਕ ਬਹੁਤ ਵੱਡਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਸ ਟੂਰਨਾਮੈਂਟ ਦੇ ਕੀ ਪ੍ਰਬੰਧ ਹੋਣਗੇ ਕੀ ਹੋ ਜਾ ਅਰੇਂਜਮੈਂਟ ਹੋਊਗਾ ਉਸ ਬਾਰੇ ਪੁਖਤਾ ਜਾਣਕਾਰੀ ਹਾਸਲ ਕਰਦੇ ਹਾਂ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਡੇ ਪਿੰਡ ਵੱਨੋਂ ਨਗਰ ਪੰਚਾਇਤ ਵੱਨੋਂ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਭਾਜੀ ਐਡਾ ਵੱਡਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਇਹ ਕਿਹਨਾਂ ਦੀ ਯਾਦ ਵਿੱਚ ਹੋ ਰਿਹਾ ਜਾਂ ਕਿਹਨਾਂ ਨੂੰ ਸਮਰਪਿਤ ਹੈ ਇਹ ਭਾਜੀ ਆਪਣਾ ਟੂਰਨਾਮੈਂਟ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਜਿੱਦਾਂ ਆਪਣਾ ਵੱਡਾ ਭਰਾ ਸੀ ਮਾਨਕ ਜੋਧਾ ਇੰਟਰਨੈਸ਼ਨਲ ਕਬੱਡੀ ਪਲੇਅਰ ਹੀ ਉਹਦੀ ਯਾਦ ਵਿੱਚ ਕਰਾਇਆ ਜਾ ਰਿਹਾ ਜੀ ਬਹੁਤ ਵੱਡੀ ਗੱਲ ਹੈ ਇੱਥੋਂ ਦੇ ਬਹੁਤ ਵੱਡੇ ਪਲੇਅਰ ਹੋਏ ਨੇ ਕਬੱਡੀ ਨਾਲ ਜੁੜੇ ਹੋਏ ਸੋ ਉਹਨਾਂ ਦੀ ਯਾਦ ਵਿੱਚ ਹੋ ਰਿਹਾ ਔਰ ਭਾਜੀ ਐਡਾ ਵੱਡਾ ਟੂਰਨਾਮੈਂਟ ਹੋ ਰਿਹਾ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਜੀ ਆਪਣੇ ਹੀ ਆਲੋਪਨ ਦੀਆਂ 8 ਨੀਮਾ ਇੰਟਰ ਕਰੀਆਂ ਆਪਾਂ ਭਾਜੀ ਜਿੱਦਾਂ ਸ਼ਾਹਕੋਟ ਲਾਇਨਜ਼ ਆ ਗਰਦਾਸਪੁਰ ਲਾਇਨਜ਼ ਆ ਭਗਵਾਨਪੁਰਾ ਬੀ ਆਫ ਵਲੈਂਟੀ ਆ ਮੰਗੀ ਦੀ ਟੀਮ ਨਕੋਦਰ ਵਾਲੀ ਸੁਰਖਪੁਰ ਦੀ ਟੀਮ ਆ ਭਾਜੀ ਇੱਕ ਸੈਟਲ ਦੀ ਟੀਮ ਬਣੀ ਆ ਇੱਕ ਟੀਮ ਆਪਾਂ ਹਜੇ ਸਿਲੇਕਟ ਕਰਨੀ ਆ ਭਾਜੀ ਗੱਲ ਚੱਲ ਰਹੀ ਹੈ ਆਪਣੀ ਬਹੁਤ ਸਾਰੀਆਂ ਟੀਮਾਂ ਉਹ ਆ ਰਹੀਆਂ ਚਾਹੇ ਮਾਜਿਤ ਹੋਣ ਚਾਹੇ ਮਾਲਵੇ ਤੋਂ ਹੋਣ ਚਾਹੇ ਦਬਾਬੇ ਤੋਂ ਹੋਣ ਇਹ ਜਿਹੜੀ ਕਬੱਡੀ ਦੀਆਂ ਟੀਮਾਂ ਆ ਰਹੀਆਂ ਇਕੱਲੀਆਂ ਪੰਜਾਬ ਤੋਂ ਆ ਰਹੀਆਂ ਜਾਂ ਪੰਜਾਬ ਤੋਂ ਬਾਹਰ ਵੀ ਕੋਈ ਟੀਮ ਆ ਰਹੀ ਹੈ ਜਿਹੜੇ ਪਲੇਅਰ ਖੇਡਣੇ ਆ ਸਾਰੇ ਭਾਜੀ ਇੰਟਰਨੈਸ਼ਨਲ ਪਲੇਅਰ ਹੀ ਆ तकरीबन तकरीबन ਹੈਨਾ ਜਿੱਦਾਂ ਦੁੱਲਾ ਬੱਗਿਆਂ ਵਾਲਾ ਉਹ ਆ ਗਿਆ ਉਹਨੇ ਖੇਡਣਾ ਸਪੈਸ਼ਲੀ ਉਹਨੇ ਮੇਰੇ ਖਿਆਲ ਤੇ ਕੱਲ ਨੂੰ ਉਤਰ ਜਾਣਾ ਆਈ ਬਾਕੀ ਸਾਰੇ ਪਲੇਅਰ ਹੀ ਖੇਡਣੇ ਆਈ तकरीबन तकरीबन ਸਾਰੇ ਟੌਪ ਦੇ ਸਟਾਰ ਪਲੇਅਰ ਹੀ ਨੇ ਕਬੱਡੀ ਦੀਆਂ ਜਿਵੇਂ ਬਹੁਤ ਸਾਰੀਆਂ ਟੀਮ ਆ ਰਹੀਆਂ ਬਹੁਤ ਸਾਰੀਆਂ ਟੀਮਾਂ ਜਿੱਤਣਗੀਆਂ ਜਿਹੜੀਆਂ ਟੀਮਾਂ ਜਿੱਤਣਗੀਆਂ ਉਹਨਾਂ ਨੂੰ ਤੁਸੀਂ ਕਿਹੜੇ ਕਿਹੜੇ ਨਾਮ ਜਿਹੜੇ ਰਿਜ਼ਰਵਮੈਂਟ ਕੀਤੇ ਆ ਜਿੱਦਾਂ ਭਾਜੀ ਫਸਟ ਨਾਈਮ ਲੱਖ ਰੁਪਈਆ ਸੈਕੰਡ ਨਾਮ 75000 ਆ ਬੈਸਟਾਂ ਨੂੰ ਮੋਟਰਸਾਈਕਲ ਆ ਤੇ ਲੂਜ਼ ਹੋਈਆਂ ਟੀਮ ਬਹੁਤ ਵੱਡੀ ਗੱਲ ਹੈ ਇੰਨਾ ਅੱਛਾ ਪ੍ਰਬੰਧ ਕੀਤਾ ਗਿਆ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਜਿਵੇਂ ਪੰਜਾਬ ਵਿੱਚ ਬਹੁਤ ਸਾਰੇ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਟੂਰਨਾਮੈਂਟ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਹਜ਼ੂਮ ਦੇਖਣ ਨੂੰ ਮਿਲਦਾ ਹੁੰਦਾ ਉਹ ਇਸ ਕਰਕੇ ਕੋਈ ਨਾ ਕੋਈ ਕਲਾਕਾਰ ਜ਼ਰੂਰ ਬੁਲਾਇਆ ਹੁੰਦਾ ਇਸ ਟੂਰਨਾਮੈਂਟ ਦੇ ਵਿੱਚ ਤੁਸੀਂ ਇਸ ਵਾਰ ਕਿਹੜਾ ਕਲਾਕਾਰ ਬੁਲਾ ਰਹੇ ਹੋ ਜੀ ਆਪਣੇ ਟੂਰਨਾਮੈਂਟ ਵਿੱਚ ਬੱਬੂ ਮਾਨ ਬਾਈ ਦਾ ਖੁੱਲਾ ਖਾੜਾ ਬਾਈ ਜਿੱਦਾਂ ਸਿੱਪੀ ਗੱਲ ਬਾਈ ਆ ਉਹਦਾ ਆਪਾਂ ਨੂੰ ਵਿਸ਼ੇਸ਼ ਸਹਿਯੋਗ ਹੈ ਨਾ ਖਾਨ ਪਹਿਣੀ ਵਾਲਾ ਬਾਕੀ 5-10 ਆਪਣੇ ਹੋਰ ਭਰਾ ਨੇ ਜਿਹੜੇ ਮੌਕੇ ਤੇ ਦੱਸਾਂਗੇ ਐਜ਼ ਅ ਗੈਸਟ ਆਉਣਗੇ ਆ ਕਹਿੰਦਾ ਮੀਨਿੰਗ ਸਰਪ੍ਰਾਈਜ਼ ਹੈ ਸਿਪੀ ਗੱਲ ਜੀ ਹੁਣੀ ਆ ਰਹੇ ਨੇ ਔਰ ਖਾਨ ਪੈਣੀ ਵਾਲਾ ਆ ਰਹੇ ਨੇ ਉਥੇ ਪੰਜਾਬੀਆਂ ਦਾ ਮਾਣ ਨੌਜਵਾਨਾਂ ਦਿਲਾਂ ਦੀ ਧੜਕਣ ਬੱਬੂ ਮਾਨ ਸਾਹਿਬਾਰੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਕਸਰ ਟੂਰਨਾਮੈਂਟ ਵਿੱਚ ਉਹਨਾਂ ਨੂੰ ਦੇਖਣ ਲਈ ਜਿਹੜਾ ਉਹਨਾਂ ਦਾ ਜਿਹੜੀ ਪਰਫਾਰਮੈਂਸ ਬੜੀ ਦੇਖਣ ਵਾਲੀ ਹੁੰਦੀ ਹੈ ਬੱਬੂ ਮਾਨ ਸਾਹਿਬ ਦੀ ਔਰ ਬੱਬੂ ਮਾਨ ਸਾਹਿਬ ਜਿੱਥੇ ਆ ਰਹੇ ਉਹਨਾਂ ਨੂੰ ਦੇਖਣ ਲਈ ਉਹਨਾਂ ਦੀ ਬਹੁਤ ਸਾਰੀ ਫੈਨ ਫੋਲਿੰਗ ਹੁੰਦੀ ਹੈ ਤੇ ਹਜ਼ੂਮ ਬਹੁਤ ਇਕੱਠਾ ਹ ਤੇ ਉਹਨਾਂ ਦੀ ਅਖਾੜਾ ਜਦੋਂ ਹੋਣਾ ਹੈ ਤੇ ਬਾਕੀ ਬਹੁਤ ਅੱਛਾ ਪ੍ਰਬੰਧ ਹੋਣਾ ਚਾਹੀਦਾ ਉਹਨਾਂ ਬਾਰੇ ਤੁਸੀਂ ਕੀ ਪ੍ਰਬੰਧ ਕੀਤਾ ਜੀ ਅਰੇਂਜਮੈਂਟ ਆਪਾਂ ਫੁੱਲ ਕਰਾਂਗੇ ਜਿੱਦਾਂ ਪ੍ਰਸ਼ਾਸਨ ਦਾ ਆਪਾਂ ਨੂੰ ਫੁੱਲ ਸਹਿਯੋਗ ਹਨਾ ਜੀ ਪੁਲਿਸ ਦਾ ਵੀ ਵਧੀਆ ਅਰੇਂਜਮੈਂਟ ਹੋਊਗਾ ਬੌਂਸਰ ਵੀ ਹਨਾ ਵੈਰੀਗੇਟਿੰਗ ਵਗੈਰਾ ਵਧੀਆ ਹੋਗੀ ਪੂਰਾ ਵਧੀਆ ਪ੍ਰਬੰਧ ਕਰਾਂਗੇ ਜਾਨੀ ਕਿ ਲੋਕਾਂ ਨੂੰ ਸੁਭਾਤ ਆਊਗਾ ਮੈਚ ਦੇਖਣ ਦਾ ਵੀ ਬੱਬੂ ਮਾਨ ਸੌਣ ਦਾ ਵੀ ਯਾਨੀ ਕਿ ਮਿਸਾਲ ਕਾਇਮ ਕਰਾਂਗੇ ਇੱਕ ਤਰ੍ਹਾਂ ਦੀ ਪੰਜਾਬ ਦਾ ਨੰਬਰ 1 ਕੱਪ ਹੋਊਗਾ ਸਾਡਾ ਜੀ ਦੁਆ ਕਰਦੇ ਹਾਂ ਤੁਹਾਡਾ ਪੰਜਾਬ ਦਾ ਨੰਬਰ 1 ਹੀ ਇਹ ਕਬੱਡੀ ਕੱਪ ਹੋਵੇ ਕਿਉਂਕਿ ਤੁਸੀਂ ਸਾਰੇ ਬੜੇ ਪਿਆਰੇ ਹੋ ਗੇ ਪ੍ਰਬੰਧਕ ਕਮੇਟੀ ਸਾਰੀ ਬਹੁਤ ਪਿਆਰੀ ਹੈ ਪੂਰੀ ਲਗਨ ਦੇ ਨਾਲ ਇਸ ਟੂਰਨਾਮੈਂਟ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਸੇ ਵੀ ਪਿੰਡ ਦਾ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਸੱਭਿਆਚਾਰਕ ਹੋਵੇ ਉਸ ਪਿੰਡ ਦਾ ਖਾਸ ਤੌਰ ਤੇ ਬਹੁਤ ਵੱਡਾ ਇੱਕ ਨਾਮ ਹੋ ਜਾਂਦਾ ਹੈ ਪਰ ਉਸ ਦੇ ਨਾਲ ਨਾਲ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਉਹ ਨਗਰ ਪੰਚਾਇਤ ਦਾ ਹੁੰਦਾ ਹੈ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਯੋਧਾ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਅਮਰਜੀਤ ਸਿੰਘ ਦੀ ਗਰੇਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਸਰ ਐਡਾ ਵੱਡਾ ਟੂਰਨਾਮੈਂਟ ਹੋ ਰਿਹਾ ਤੁਹਾਡੇ ਪਿੰਡ ਵਿੱਚ ਤੇ ਇਸ ਟੂਰਨਾਮੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਵਧੀਆ ਹੋ ਰਿਹਾ ਬਾਜੀ ਬੱਚਿਆਂ ਨੂੰ ਗਾਹਾਂ ਤੋਂ ਖੇਡਣ ਦੀ ਬਜਾਏ ਨਸ਼ਾ ਮਿਲ ਰਹੀ ਹੈ ਤੋਂ ਖੇਡਾਂ ਵੱਲ ਜਾਣ ਕੇ ਤੇ ਨਸ਼ੇ ਤੋਂ ਬਰਹਿਤ ਰਹਿਣਗੇ ਵਧੀਆ ਗੱਲ ਇਹ ਵਾਵਾ ਬਹੁਤ ਵੱਡਾ ਮੈਸੇਜ ਹੈ ਕਿ ਨੌਜਵਾਨ ਪੀੜ੍ਹੀ ਨੂੰ ਕਬੱਡੀ ਦੇ ਪ੍ਰਤੀ ਜਾਗਰੂਕ ਕਰਨਾ ਔਰ ਨਸ਼ਿਆਂ ਤੋਂ ਗਰੇਜ਼ ਕਰਨਾ ਇਹ ਖਾਸ ਤੌਰ ਤੇ ਮੈਸੇਜ ਹੁੰਦਾ ਹੈ ਟੂਰਨਾਮੈਂਟ ਦਾ ਇਹ ਟੂਰਨਾਮੈਂਟ ਸਰਪੰਚ ਸਾਹਿਬ ਕਦੋਂ ਤੋਂ ਚੱਲਦਾ ਆ ਰਿਹਾ ਜੀ ਇਹ ਟੂਰਨਾਮੈਂਟ ਸਾਡੇ ਪਹਿਲਾਂ ਬਜ਼ੁਰਗਾਂ ਤੋਂ ਸ਼ੁਰੂ ਕੀਤੇ ਹੋਏ ਆ ਅੱਗੇ ਛੋਟੇ ਹੁੰਦੇ ਹੁਣ ਥੋੜੇ ਵੱਡੇ ਕਰਨ ਲੱਗ ਗਏ ਆ ਹਾਂਜੀ ਅ ਟੂਰਨਾਮੈਂਟ ਵਿੱਚ ਨੌਜਵਾਨ ਪੀੜ੍ਹੀ ਖਾਸ ਤੌਰ ਤੇ ਅੱਗੇ ਆਈ ਆ ਪਰ ਤੁਹਾਡਾ ਕੀ ਯੋਗਦਾਨ ਹੈ ਨਗਰ ਪੰਚਾਇਤ ਦਾ ਜੀ ਇਹ ਸਾਰਿਆਂ ਦਾ ਸਹਿਯੋਗ ਨਾਲ ਹੀ ਹੁੰਦਾ ਵਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਪਿੰਡ ਦੇ ਨੌਜਵਾਨ ਮੁੰਡੇ ਵੀ ਆ ਸਾਰੇ ਆ ਬਾਹਰੇ ਐਨਆਰਆਈ ਵੀ ਆ ਸਮੁੱਚੀ ਗ੍ਰਾਮ ਪੰਚਾਇਤ ਵੀ ਆ ਸਾਫ ਕੋ ਪੰਚਾਇਤ ਵੀ ਸਾਰੇ ਨਾਲ ਹੀ ਆ ਸਹਿਯੋਗ ਸਾਡੇ ਪਿੰਡ ਚ ਕੋਈ ਇਹ ਜੀ ਪਾਰਟੀ ਬਾਜੀ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਮੈਂ ਇਹ ਸਮਝਦਾ ਕਿ ਸਾਰਿਆਂ ਦਾ ਸਰਬਸਾਂਝਾ ਇਹ ਨਗਰ ਦਾ ਟੂਰਨਾਮੈਂਟ ਹੈ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਨਗਰਪਚਾ ਦੇ ਨਾਲ ਨਾਲ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਸਪੈਸ਼ਲੀ ਇੱਥੋਂ ਦੀ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਵੇਂ ਹਰ ਪ੍ਰੋਗਰਾਮ ਅੱਜਕੱਲ ਸੋਸ਼ਲ ਮੀਡੀਆ ਤੇ ਲਾਈਵ ਚੱਲਦਾ ਹੈ ਇਸੇ ਤਰ੍ਹਾਂ ਇਹ ਕਬੱਡੀ ਦਾ ਟੂਰਨਾਮੈਂਟ ਭਾਜੀ ਲਾਈਵ ਚੱਲਣ ਵਾਲਾ ਹੈ ਤੇ ਕਿਸ ਕਿਸ ਚੈਨਲ ਤੇ ਲਾਈਵ ਚੱਲੇਗਾ ਜਿੰਤਾ ਭਾਜੀ ਆਪਣਾ ਐਮਐਸ ਲਾਈਵ ਆ ਇੰਦਰ ਲਾਈਵ ਆ ਜੇਪੀ ਲਾਈਵ ਇਹਨਾਂ ਵੈਬਸਾਈਟਾਂ ਤੇ ਲਾਈਵ ਚੱਲੂਗਾ 13 ਨਵੰਬਰ 2021 ਦਿਨ ਸ਼ਨੀਵਾਰ ਨੂੰ ਜਿਵੇਂ ਕਿ ਜਾਣਕਾਰੀ ਹਾਸਲ ਹੋਈ ਹੈ ਕਿ ਪੰਜਾਬੀਆਂ ਦੇ ਮਾਣ ਨੌਜਵਾਨ ਦਿਲਾ ਦੀ ਤੜਕਨ ਪੰਜਾਬੀਆਂ ਨੂੰ ਜਿਨ੍ਹਾਂ ਤੇ ਬਹੁਤ ਵੱਡਾ ਮਾਣ ਹੈ ਤੇ ਪੰਜਾਬੀਆਂ ਨੂੰ ਉਹਨਾਂ ਤੇ ਬਹੁਤ ਵੱਡਾ ਮਾਣ ਹੈ ਬੱਬੂ ਮਾਨ ਸਾਹਿਬ ਉਹਨਾਂ ਦਾ ਖੁੱਲਾ ਖਾੜਾ ਹੋ ਰਿਹਾ ਹੈ 13 ਨਵੰਬਰ 2021 ਦਿਨ ਸ਼ਨੀਵਾਰ ਨੂੰ ਪੰਜਾਬੀਆਂ ਦਾ ਮਾਣ ਨੌਜਵਾਨ ਥਿਲਾਂ ਦੀ ਟੜਕਨ ਬੱਬੂ ਮਾਨ ਸਾਹਿਬ ਆਪਣੀ ਪਰਫਾਰਮੈਂਸ ਦੇਣਗੇ ਪਿੰਡ ਜੋਧਾ ਦੇ ਕਬੱਡੀ ਕੱਪ ਦੇ ਵਿੱਚ ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ ਸਾਡੇ ਵੱਲੋਂ ਜ਼ਰੂਰੀ ਰਿਕੁਐਸਟ ਹੈ ਸਾਰਿਆਂ ਨੂੰ ਕਿਉਂਕਿ ਬੱਬੂ ਮਾਨ ਸਾਹਿਬ ਉਹਨਾਂ ਦੀ ਬਹੁਤ ਵੱਡੀ ਫੈਨਫੋਲਿੰਗ ਹੈ ਪਿਆਰ ਕਰਨ ਵਾਲੇ ਉਹਨਾਂ ਨੂੰ ਬਹੁਤ ਨੇ ਔਰ ਇਸਰਕੇ ਉਹਨਾਂ ਦੀ ਮੁਹੱਬਤ ਸਦਕਾ ਸਾਰਿਆਂ ਨੇ ਪਹੁੰਚਣਾ ਹੈ ਉਸ ਦਾ ਉਸ ਦਿਨ ਹੀ ਪਤਾ ਲੱਗੂਗਾ ਕਿ ਹਜ਼ੂਮ ਬਹੁਤ ਵੱਡਾ ਹੋਏਗਾ ਹੁਣੇ-ਹੁਣੇ ਅਸੀਂ ਜਾਣਕਾਰੀ ਹਾਸਲ ਕੀਤੀ ਹੈ ਇਥੋਂ ਦੀ ਨਗਰ ਪੰਚਾਇਤ ਵੱਲੋਂ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵੱਲੋਂ ਐਮਐਸ ਲਾਈਵ ਚੈਨਲ ਵੱਲੋਂ ਜੇਪੀ ਲਾਈਵ ਚੈਨਲ ਵੱਲੋਂ ਇੰਦੇ ਟੀਵੀ ਵੱਲੋਂ ਇਥੋਂ ਨਗਰਪੰਚਾਇਤ ਦਾ ਇਥੋਂ ਦੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। 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 ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਸ ਟਾਈਮ ਅਸੀਂ ਮੌਜੂਦ ਆ ਜਿਨ੍ਹਾਂ ਦਾ ਬਹੁਤ ਵੱਡਾ ਸੁਜੋਗ ਹੈ ਇਸ ਕਬੱਡੀ ਕੱਪ ਦੇ ਵਿੱਚ ਜਿਨ੍ਹਾਂ ਦਾ ਕਬੱਡੀ ਪ੍ਰਤੀ ਇੰਨਾ ਪਿਆਰ ਹੈ ਇੰਨੀ ਮੁਹੱਬਤ ਹੈ ਉਹਨਾਂ ਦੇ ਰੂਮ ਨੂੰ ਦੇਖਣ ਤੋਂ ਪਤਾ ਲੱਗਦਾ ਕਿ ਇੰਨੇ ਪ੍ਰਾਈਜ਼ ਉਹਨਾਂ ਦੇ ਰੂਮ ਵਿੱਚ ਇਸ ਟਾਈਮ ਮੌਜੂਦ ਨੇ ਸੋ ਗੱਲਬਾਤ ਕਰਨੇ ਆ ਤਰਨ ਜੋਧਾ ਜੀ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਘਰ ਵਿੱਚ ਬੈਠੇ ਆ ਹਾਂਜੀ ਭਾਈ ਸਸੀ ਗਾਲ ਜੀ ਹਾਂਜੀ ਵੀਰੇ ਸਸੀ ਗਾਲ ਦੀ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਇਹ ਮੇਰਾ ਨਾਨਕਾ ਪਿੰਡ ਆਈ ਜੋਧਾ ਮੈਂ ਇੱਥੇ ਦਾ ਜੰਪਾਲਾ ਮੈਨੂੰ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੇ ਤਰਨ ਦਾ ਨਵਾਂ ਜੋਧਾ ਕਰਕੇ ਆ ਜੋਧਾਂ ਦੇ ਨਾਲ ਹੀ ਆਪਣਾ ਵजूद ਆ ਬਾਈ ਹਨਾ ਜੋਧਾਂ ਪਿੰਡ ਦਾ ਆਪਣਾ ਇੰਨਾ ਕਿ ਪਿਆਰ ਆ ਸਤਿਕਾਰ ਆ ਜੋਧਾਂ ਦਾ ਆਪਾਂ ਦੇਣ ਦੇ ਨਹੀਂ ਸਕਦੇ ਬਾਈ ਸਾਰੇ ਪਿੰਡ ਦਾ ਹਨਾ ਆਪਣਾ ਬਹੁਤ ਜ਼ਿਆਦਾ ਤਿਉਹਾਰ ਕਰਦੇ ਆ ਬਾਈ ਸਾਰੇ ਜਿੱਦਾਂ ਟੂਰਨਾਮੈਂਟ ਦੀ ਲਾ ਲੋ ਆਪਾਂ ਸਾਰੇ ਨਾਲ ਆ ਹੁਣ ਹਨਾ ਜਿੱਦਾਂ ਆਪਣੇ ਬਾਹਰਲੇ ਐਨ ਆਰ ਆਈ ਭਰਾ ਜਿਵੇਂ ਮੂਣਾ ਬਾਈ ਹੋ ਗਿਆ ਹਨਾ ਸੇਟੀ ਹੋ ਗਿਆ ਮੁੰਡਾ ਭਰਾ ਆਪਣਾ ਹਨਾ 골ਡਨ ਹੋ ਗਿਆ ਹਨਾ ਮੂ ਨੂੰ ਗੱਲ ਹੋਣੀ ਹੈ ਯੂ ਐਸ ਏ ਤੋਂ ਟਾਉਣੇ ਹੋਣੀ ਦਸੇ ਹੋਣੀ ਭਰਾ ਆਪਣੇ ਦੋਦਰ ਵਾਲੇ ਹਨ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਬਾਈ ਹਨਾ ਇਦਾਂ ਆਪਣੇ ਮਨੀਲਾ ਤੋਂ ਭਰਾ ਨੇ ਆਏ ਹੋਏ ਕਾਲੇ ਹੋਣੀ ਬਵਲਾ ਆਪਣਾ ਭਰਾ ਯੂ ਐਸ ਏ ਤੋਂ ਹਨਾ ਇਹਨਾਂ ਦਾ ਬਹੁਤ ਸਾਰਾ ਸਹਿਯੋਗ ਆ ਹੋਰ ਸਾਡੇ ਜਿਹੜੇ ਪੁਰਾਣੇ ਸੀਨੀਅਰ ਐਨ ਆਰ ਆਈ ਗਏ ਆ ਜੋ ਉਧਾਂ ਦੇ ਉਹਨਾਂ ਨੇ ਆਪਣੀ ਵਧੀਆ ਹੈਲਪ ਕੀਤੀ ਬਾਈ ਹਨਾ ਮੋਹਨੇ ਬਾਈ ਦੇ ਸਾਰੇ ਟੱਚ ਦੇ ਬੰਦੇ ਨੇ ਆਪਣੇ ਵਧੀਆ ਯਾਨੀ ਕਿ ਮਾਣ ਕਰਦੇ ਆ ਪਿੰਡ ਆਪਾਂ ਕੋਈ ਇਵੈਂਟ ਕਰਾਉਣ ਲੱਗਦੇ ਆ ਬਾਹਰਲੇ ਐਨ ਆਰ ਆਈ ਵੀ ਮਾਣ ਕਰਦੇ ਆ ਬਾਈ ਉਹ ਗੱਲ ਤੇ ਵੀ ਸਾਡੇ ਪਿੰਡ 'ਚ ਕੋਈ ਇਵੈਂਟ ਹੁੰਦਾ ਕੋਈ ਹੁੰਦਾ ਬਹੁਤ ਬਾਤ ਚੜ ਕੇ ਹੈਲਪ ਕਰਦੇ ਆਪਾਂ ਐਵੇਂ ਕਹਦੀਏ ਬਾਈ ਹਨਾ ਜਿੱਦਾਂ ਪੁਰਾਣੇ ਪਲੇਅਰ ਹੋਗੇ ਮਾਨਕ ਬਾਈ ਦੇ ਨਾਲ ਦੇ ਪੱਪੀ ਹੋਣੀ ਪ੍ਰੇਮ ਹੋਣੀ ਹਰਜੀਤ ਹੋਣੀ ਹਨਾ ਅਮਨਾ ਦੁੱਲੇ ਵਾਲੀਆ ਹੋ ਗਿਆ ਬਾਈ ਬਿੱਟੂ ਬਾਈਆ ਕੁੱਬਿਆਂ ਵਾਲਾ ਹਨਾ ਸਰਬੀ ਥਰੀਕਿਆਂ ਵਾਲਾ ਚੰਨਾ ਕਾਲਖਾਲਾ ਬਾਈ ਬਹੁਤ ਜ਼ਿਆਦਾ ਆਪਾਂ ਨੂੰ ਸਪੋਰਟ ਆਉਂਦਾ ਸਾਰਿਆਂ ਜਣਿਆਂ ਦੀ ਜਿੰਦਾਂ ਭਾਈਆਂ ਵਾਂਗੂ ਵਰਤਦੇ ਆ ਬਾਈ ਸਾਰੇ ਜਣੇ ਯਾਰੀ ਦੋਸਤੀ ਵਾਲਾ ਕੰਮ ਨਹੀਂ ਭਰਾਵਾਂ ਵਾਲਾ ਕੰਮ ਹੀ ਬਾਈ ਸਾਰਿਆਂ ਦਾ ਜਿੱਦਾਂ ਆਪਣੇ ਇੰਦਰਜੀਤ ਬਾਈ ਆ ਫੁੱਲਾਂ ਨਾਲ ਤੋਂ ਸਣੀ ਸਰਪੰਚ ਹੋਣੀ ਹੋਰ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਬਾਈ ਹਨਾ ਜਿੱਦਾਂ ਆਪਣਾ ਨਵਾਬ ਆ ਬਾਈ ਯੂਐਸਏ ਤੋਂ ਹਨਾ ਉਹਦਾ ਭਰਾ ਦਾ ਆਪਾਂ ਨੂੰ ਸਹਿਯੋਗ ਆ ਹਨਾ ਅਵੀ ਆ ਡੋਗਰ ਆਪਣਾ ਭਰਾ ਹਨਾ ਪ੍ਰਦੀਪ ਪਲਵਾਨ ਹਨਾ ਪਾਮਾ ਨਾਰਵੇ ਤੋਂ ਹਨਾ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਬਾਈ ਕਾਕਾ ਵੀਰਮੀ ਇੱਕ ਆਪਣਾ ਭਰਾ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਬਾਈ ਹਨਾ ਬਿਲਕੁਲ ਗੱਲ ਸਹੀ ਆ ਕਿ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਸੀ ਯਾਰੀਆਂ ਕਮਾਈਆਂ ਸੋ ਯਾਰ ਦੋਸਤ ਜਿਹੜੇ ਇਹਨਾਂ ਦੇ ਨੇ ਉਹ ਭਰਾਵਾਂ ਤੋਂ ਕਿਤੇ ਵੱਧ ਕੇ ਨੇ ਜਿਹੜਾ ਇਸ ਟਾਈਮ ਫੌਨ ਕੰਟਰੀਆਂ ਵਿੱਚ ਬੈਠੇ ਨੇ ਤਰਨਜੋਦਾ ਜੀ ਦੇ ਨਾਲ ਪਿਆਰ ਹੈ ਉਹਨਾਂ ਦਾ ਮੁਹੱਬਤ ਹੈ ਇਸਰਕੇ ਗੂੜੀ ਸਾਂਝ ਜਿਹੜੀ ਦਿਲਾਂ ਦੀ ਬਣੀ ਹੋਈ ਆ ਔਰ ਇੱਕ ਸਦੇ ਤੇ ਇੱਕ ਫੋਨ ਕਾਲ ਤੇ ਜਿਹੜੇ ਇਸ ਟੂਰਨਾਮੈਂਟ ਵਿੱਚ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਤਰਨਜੋਦਾ ਜੀ ਉਹਨਾਂ ਦੇ ਨਾਲ ਜਿੰਨੇ ਵੀ ਕੁਲਦੀਪ ਭਾਈ ਜੀ ਦੇ ਮਿੱਤਰ ਨੇ ਉਹਨਾਂ ਦੇ ਭਰਾ ਨੇ ਸਾਰੇ ਬਹੁਤ ਵੱਡਾ ਸਹਿਯੋਗ ਦੇ ਰਹੇ ਔਰ ਉੱਥੇ ਇੱਕ ਬਹੁਤ ਵੱਡੀ ਗੱਲ ਪਤਾ ਲੱਗੀ ਹੈ ਕਿ ਹਰ ਪਿੰਡ ਦੀ ਆਪਣੀ ਐਮਤ ਹੁੰਦੀ ਹੈ ਪਰ ਇੱਥੇ ਜਿੰਨੀਆਂ ਵੀ ਆ ਜਤੇਬੰਦੀਏ ਮੈਂ ਕਹਿ ਲਾਂ ਮੈਂ ਜਿੰਨੇ ਵੀ ਆਪਾਂ ਇਥੋਂ ਦੇ ਨਗਰ ਦੇ ਵਸਨੀਕਾਂ ਲਈ ਸਾਰਿਆਂ ਦਾ ਬਹੁਤ ਵੱਡਾ ਸੁਜੋਗ ਹੈ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇਹ ਪਿਆਰ ਦੀ ਮੁਹੱਬਤ ਦੀ ਮਿਸਾਲ ਹੈ ਜੋਧਾ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਮੈਂ ਨੇ ਹਰ ਸਿੰਘ ਜੋਧਾ ਬੱਬੂ ਆਂਦਾ ਕੁੱਲਾ ਕੜਾ ਨਹੀਂ ਨਹੀਂ ਅਸਰੇ ਤੇਰਨੂ ਜੋਧਾ ਹਾਂ ਇਹ ਬਹੁਤ ਦੁਆਰ ਸਬਸਕ੍ਰਾਈਬ ਕਰੋ ਐਮਐਸ ਲਾਈਵ ਟੀਵੀ ਚੈਨਲ ਨੂੰ ਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਬੈਲ ਦੇ ਆਈਕਨ ਤੇ ਕਲਿੱਕ ਕਰੋ